ਅੱਜ ਸਵੇਰੇ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਇੱਕ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ, ਜਦ ਇਲਾਕੇ ਦੇ ਕਰੀਬ 15 ਬੱਚੇ ਬਿਮਾਰ ਹੋ ਗਏ, ਜਿਨ੍ਹਾਂ ਦਾ ਇਲਾਜ ਵੱਖ ਵੱਖ ਜਗ੍ਹਾ ਤੇ ਹੋ ਰਿਹਾ। ਉੱਥੇ ਹੀ ਦੱਸਿਆ ਜਾ ਰਿਹਾ ਕਿ ਬੀਤੀ ਦੇਰ ਸ਼ਾਮ ਨੂੰ ਇਨ੍ਹਾਂ ਬੱਚਿਆਂ ਦੇ ਵੱਲੋਂ ਗੁਰਦੁਆਰਾ ਵਿੱਚੋਂ ਪ੍ਰਸ਼ਾਦ ਖਾਣ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਹਾਲਤ ਵਿਗੜੀ ਹੈ। ਇਸੇ ਇਲਾਕੇ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਹੋ ਗਈ ਹੈ। ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਬੱਚੇ ਆਏ ਸ਼ਾਮ ਨੂੰ ਗੁਰਦੁਆਰੇ, ਮੇਰੇ ਬੱਚੇ ਹੋਰਨਾਂ ਦੇ ਬੱਚੇ ਵੀ ਆਂਢ ਗੁਆਂਢ ਆਏ ਨੇ, ਜਦੋਂ ਪ੍ਰਸ਼ਾਦ ਲਾ ਗਏ ਆਪਣੇ ਟਪਲੀਆਂ ਗੱਲਾਂ ਮਾਰਨ ਦਾ ਪਏ ਨੇ, ਬੇਸੁਰਤ ਹੋ ਗਏ ਨੇ। ਡਾਕਟਰ ਰਵਿੰਦਰ ਕੋਲ ਖੜਿਆ, ਉਹਨੂੰ ਸਮਝ ਨਹੀਂ ਲੱਗੀ, ਉਹ ਪਹਿਲਾਂ ਤਾਂ ਕਹਿੰਦੇ ਦਿਮਾਗੀ ਦੌਰੇ, ਪਰ ਜਦੋਂ ਪਤਾ ਲੱਗਾ ਤਿੰਨਾਂ ਚੌਵਾਂ ਘਰਾਂ ਦੇ ਵਿੱਚ ਵੀ ਹੋਰ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੋ ਰਿਹਾ ਵਾ, ਫਿਰ ਸਾਨੂੰ ਪਤਾ ਲੱਗਾ ਬੱਚਿਆਂ ਨੂੰ ਕੋਈ ਨਸ਼ੇ ਵਾਲੀ ਚੀਜ਼ ਦਿੱਤੀ ਗਈ, ਸਾਡੇ ਗੁਆਂਢ ਬੱਚਾ ਇੱਕ ਹੋਰ, ਉਹ ਇਹ ਤੱਕ ਆਪਣੀਆਂ ਲੱਤਾਂ 'ਤੇ ਨਹੀਂ ਖਲੋਂਦੇ, ਨਾ ਉਹ ਸੁਰਤ ਕਰਨਾ ਕਿਸੇ ਨੂੰ ਪਹਿਚਾਨਣ ਨਹੀਂ ਦਿਆ। ਉਹ ਬੱਚੇ ਘੱਟੋ ਘੱਟ 15-20 ਕਰੀਬ ਦੇ ਸਾਰੇ ਮਹੱਲੇ ਦੇ ਜਿੰਨੇ ਵੀ ਹੈਗੇ ਨੇ ਮਹੱਲੇ ਦੇ ਟੋਟਲ ਪਾ ਕੇ, ਅਸੀਂ ਸਜ਼ਾ ਅਸੀਂ ਭੁਗਤਾਨੇ ਹਾਂ ਰਾਤ ਦੀ। ਇਹ ਕੋਈ 10 ਸਾਲ ਦਾ ਵਾ, ਕੋਈ 8 ਸਾਲ ਦਾ, ਕੋਈ 9 ਸਾਲ ਦਾ, ਕੋਈ ਛੋਟੇ ਨੇ ਬਿਲਕੁਲ, ਕੋਈ ਸਿਆਣੇ ਦਾ ਵੀ ਅਸਰ ਹੋਇਆ ਵਾ। ਹੁਣ ਤੋਂ ਚੱਲ ਗਏ ਇੱਥੇ ਖਲੋ ਖਲੋ ਕੇ, ਨਹੀਂ ਤੁਸੀਂ ਉਹਨਾਂ ਨੂੰ ਵੀ ਪੁੱਛਦੇ ਨਹੀਂ। ਮੇਰੀ ਆਪਣੀ ਬੇਟੀ ਇੱਥੇ ਗੁਰਦੁਆਰੇ ਕੱਲ੍ਹ ਮੱਥਾ ਟੇਕਣ ਆਈ ਆ, ਇੱਥੋਂ ਪ੍ਰਸ਼ਾਦ ਖਾ ਕੇ ਗਈ ਆ, ਅਤੇ ਉਹ ਮੁੜ ਕੇ ਬੇਸੁਰਤ ਹੋ ਗਈ ਬਿਲਕੁਲ। ਪ੍ਰਸ਼ਾਦ ਕਾਹਦਾ ਸੀਗਾ? ਪ੍ਰਸ਼ਾਦ ਜਿਹੜਾ ਕੜਾਹ ਪ੍ਰਸ਼ਾਦ ਹੁੰਦਾ ਵਾ, ਸਾਨੂੰ ਤਾਂ ਇਹੋ ਸ਼ੱਕ ਪੈਂਦਾ ਕਿਸੇ ਨਸ਼ੀਲੀ ਚੀਜ਼ ਵਿੱਚ ਪਾ ਦਿੱਤੀ ਆ। ਬੱਚੇ ਰੋਜ਼ ਗੁਰਦੁਆਰੇ ਆਉਂਦੇ ਆ ਅਤੇ ਗੁਰਦੁਆਰਿਓਂ ਖਾ ਕੇ ਗਏ ਆ। ਮੇਰੇ ਛੋਟੇ ਬੇਟੇ ਨੇ ਖਾਧਾ ਵਾ, ਅਤੇ ਉਹਨੇ ਮੈਨੂੰ ਇੱਕ ਗੱਲ ਕਹੀ ਆ, ਕਹਿੰਦਾ ਪਾਪਾ ਪ੍ਰਸ਼ਾਦ ਕੌੜਾ ਵਾ, ਮੈਂ ਨਹੀਂ ਖਾਣਾ। ਬੱਚੀ ਦੀ ਹਾਲਤ ਇਸ ਵੇਲੇ ਠੀਕ ਹੈ? ਕੁਛ ਨਹੀਂ ਖਾਂਦੀ ਪੀਂਦੀ ਬਈ, ਸਾਰੀ ਰਾਤ ਜਾ ਕੇ ਕੱਢੀ ਆਪਾਂ। ਇਹ ਤਾਂ ਨਾ ਇੱਥੇ ਨਾਨਕੇ ਰਹਿੰਦੇ ਸੀ ਆਪਣੇ, ਅਸੀਂ ਇਹਨਾਂ ਨੂੰ ਛੱਡ ਕੇ ਚਲ ਗਏ ਹਾਂ, ਅਤੇ ਸਾਨੂੰ ਤਾਂ ਰਾਤ ਦੇ ਕਿਤੇ ਫੋਨ ਕਰਦੇ, ਅਤੇ ਸਾਡੇ ਕੋਲ ਪਾਇਆ ਨਹੀਂ ਗਿਆ, ਰਾਤ ਸਾਡੇ ਫੋਨ ਬੰਦ ਸੀ। ਇਹ ਤਾਂ ਮੈਂ ਸਵੇਰੇ ਆ ਕੇ ਵੇਖਿਆ ਕੁੜੀ ਦੀ ਬਹੁਤ ਹਾਲਤ ਖਰਾਬ ਸੀ, ਅਤੇ ਇਹ ਕਰਕੇ ਉਹਦੀ ਨਾਨੀ ਉਹਨਾਂ ਨੂੰ ਸਾਰਾ ਪਤਾ ਇੱਥੇ ਸੀ ਉਹ, ਅਤੇ ਉਹ ਰਾਤ ਦੇ ਸਵੇਰ 'ਤੇ ਕਹਿੰਦੇ ਇਹਨਾਂ ਪ੍ਰਸ਼ਾਦ 'ਚ ਕੋਈ ਖਾਧਾ, ਇਹ ਡੇਲੀ ਗੁਰਦੁਆਰੇ ਆਉਂਦੀ ਸੀ। ਇਹਦਾ ਮਾਮਾ ਜੀ ਉਹਨੇ ਵੀ ਖਾਧਾ, ਉਹ ਆਉਂਦਾ ਮੇਰਾ ਗਲਾ ਸੁੱਕੀ ਜਾਣ ਦਿਆ ਇੱਥੋਂ। ਮੈਂ ਤਾਂ ਬਸ ਗੁਰਦੁਆਰੇ ਆਈ ਅਤੇ ਜਦੋਂ ਪਾਠ ਕੀਤਾ ਅਤੇ ਟੀ ਵੀ ਲੱਗਿਆ ਹੋਇਆ ਸਾਡੇ, ਅਤੇ ਮੈਂ ਫਿਰ ਟੀ ਵੀ ਵੇਖਿਆ ਅਤੇ ਵੇਖਦਾ ਸਾਰੀ ਮੈਨੂੰ ਚੱਕਰ ਆਉਣ ਲੱਗ ਗਏ। ਉਸ ਤੋਂ ਬਾਅਦ ਮੁੜ ਕੇ ਫਿਰ ਜਦੋਂ ਦਵਾਈ ਲੈਂਦੀ ਰਹਿਣ ਵਾਲਿਆਂ ਕੋਈ ਫਰਕ ਨਹੀਂ ਪਿਆ, ਫਿਰ ਬਾਅਦ ਵਿੱਚ ਮੁੜ ਕੇ ਫਿਰ ਮੈਂ ਉਲਟੀਆਂ ਕੀਤੀਆਂ। ਬੱਚੇ ਖਲੋਤਿਆ ਨਹੀਂ ਜਾਂਦਾ ਪਿਆ ਪੈਰਾਂ, ਆਪਣੇ ਭਾਅ ਨਹੀਂ ਖਲੋ ਸਕਦੀ ਅਜੇ। ਨਹੀਂ ਮਤਲਬ ਰੋਜ਼ ਤਾਂ ਗੁਰਦੁਆਰੇ ਜਾਈਦਾ, ਫੁੱਲੀਆਂ ਦਾ ਹੀ ਪ੍ਰਸ਼ਾਦ ਲੈ ਦਿੰਦੇ ਸੀ, ਕੱਲ੍ਹ ਰਾਤੀ ਕੜਾਹ ਦਾ ਪ੍ਰਸ਼ਾਦ ਦਿੱਤਾ ਸੀ, ਤਾਂ ਕਰਕੇ ਬੱਚੇ ਨੂੰ ਸਵਾਦ ਲੱਗਾ, ਉਹਨੂੰ ਤਾਂ ਡੂੰਘਾ ਭਰ ਕੇ ਉਹਨਾਂ ਨੇ ਦੇਤਾ ਸੀ, ਅਤੇ ਉਹਨੂੰ ਸਵਾਦ ਲੱਗਾ, ਉਹਨੇ ਜ਼ਿਆਦਾ ਖਾ ਲਿਆ ਸਾਡੇ ਨਾਲੋਂ। ਰਾਤ ਨੂੰ ਪੱਥਰ ਵਰਗੂ ਹੋ ਗਿਆ ਸੀ, ਆ ਕਰਕੇ ਫੁੱਲ ਕੇ ਸਰੀਰ ਕਿੰਨਾ ਹੋ ਗਿਆ ਭਾਰਾ, ਤੜਫਦੇ ਸੀ, ਬਹੁਤ ਜ਼ਿਆਦਾ ਤੜਫਿਆ, ਬਹੁਤ ਜ਼ਿਆਦਾ। ਸਵੇਰ 4 ਵਜੇ ਲੈ ਕੇ ਗਏ ਅਤੇ ਜਾਂਦੇ ਜਾਂਦੇ ਪੂਰਾ ਹੋ ਗਿਆ। ਹਾਂਜੀ, ਉਲਟੀਆਂ ਕਾਲੀਆਂ ਕੀਤੀਆਂ, ਤਾਂ ਹੀ ਕਰਕੇ ਸਾਡਾ ਵੀ ਹੁੰਦਾ ਸੀ, ਜਿਨ੍ਹਾਂ ਨੇ ਪ੍ਰਸ਼ਾਦ ਖਾਧਾ ਉਹਨਾਂ ਸਾਰਿਆਂ ਦਾ ਮੂੰਹ ਸੁੱਕਣ ਦੇ ਸੀ, ਪ੍ਰਸ਼ਾਦ 'ਚ ਹੀ, ਕਿਉਂਕਿ ਜਿਨ੍ਹਾਂ ਨੇ ਪ੍ਰਸ਼ਾਦ ਖਾਧਾ ਉਹੀ ਕਹਿੰਦੇ ਸਾਡਾ ਮੂੰਹ ਖਰਾਬ ਹੁੰਦਾ, ਪਿਆਸ ਬੜੀ ਲੱਗਣ ਦੀ ਸੀ, ਗਲਾ ਸੁੱਕਣ ਦਿਆ ਸੀ। ਬੱਚੀ ਇਹ ਵੀ ਗਈ ਸੀਗੀ ਤੇ ਇਹ ਵੀ ਕਹਿੰਦੀ ਮੰਮੀ ਮੈਨੂੰ ਲੋ ਪ੍ਰਸ਼ਾਦ ਲੈ ਲਓ, ਤੇ ਮੈਂ ਖਾ ਲਿਆ, ਬਾਅਦ ਚ ਮੈਨੂੰ ਚੱਕਰ ਆਣੇ ਚਾਲੂ ਹੋ ਗਏ, ਜਦੋਂ ਚੱਕਰ ਖਤਮ ਹੋਏ ਆ ਬਾਅਦ ਚ ਮੈਂ ਉਲਟੀਆਂ ਮਾਰਨੀਆਂ ਚਾਲੂ ਕੀਤੀ, ਮੈਂ ਬੁਰਸ ਨਾਲ ਅੰਦਰ ਦਿੱਤਾ ਕਿ ਚਲੋ ਇਹਦੇ ਨਾਲ ਉਲਟੀ ਆਊਗੀ, ਤੇ ਉਲਟੀ ਨਹੀਂ ਆਉਂਦੀ, ਮੂੰਹ ਏਦਾਂ ਹੋ ਗਿਆ ਫੁੱਲ ਗਿਆ ਜਿੱਦਾਂ ਅੰਦਰੋਂ ਵਿੱਚੋਂ ਮੂੰਹ ਫੁੱਲ ਗਿਆ ਵਾ, ਤੇ ਬਾਅਦ ਚ ਉਲਟੀ ਨਹੀਂ ਆਈ ਹੈਗੀ, ਤੇ ਬਾਅਦ ਚ ਮੈਨੂੰ ਚੱਕਰ ਹੀ ਆਈ ਜਾਣ, ਤਲਖੀ ਹੋਈ ਜਾਂਦੀ, ਘਬਰਾਹਟ ਹੁੰਦੀ। ਬਸ ਕੱਲ ਦੁਪਹਿਰੇ ਅਜੀਤ ਸਿੰਘ ਦੇ ਦਸਤਾਰ ਬੰਦੀ ਬੱਚੇ ਦੀ, ਉੱਥੇ ਸਾਨੂੰ ਬੁਲਾਇਆ ਗਿਆ ਸੀ, ਔਰ ਦੁਕਾਨਾਂ ਲੱਗੇ ਉੱਥੇ ਬੁਲਾਇਆ ਗਿਆ ਸੀ, ਇੱਥੇ ਆਏ ਆ, ਭੋਗ ਪਿਆ, ਪ੍ਰਸ਼ਾਦ ਵੱਧ ਗਿਆ ਕਾਫੀ, ਸੰਗ ਥੋੜੀ ਆਈ, ਤੇ ਮੈਂ ਉਹਨੂੰ ਕਿਹਾ ਬੱਚੇ ਨੂੰ ਆਪਣਾ ਕਾਕੇ ਨੂੰ ਵਰਤਾਇਆ ਸੀ, ਉਹਦੇ ਬਾਬੇ ਲੜਕੇ ਨੂੰ ਵਰਤਾਇਆ ਸੀ, ਮੈਂ ਵੀ ਦਬਾ ਸੰਗ ਥੋੜੀ ਆ ਤੇ ਪ੍ਰਸ਼ਾਦ ਬਹੁਤ ਜ਼ਿਆਦਾ ਤੇ ਸਾਰੇ ਡਬਲ ਵਰਤਾ ਦੇ, ਕਹਿੰਦਾ ਕੋਈ ਨਹੀਂ ਲੈਂਦਾ ਪਿਆ, ਕਹਿੰਦੇ ਸਵਾਏ ਸਾਹ ਦਿਓ ਇੰਨੇ, ਤੇ ਬਾਬਾ ਕਹਿੰਦਾ ਚਲੋ ਗੁਰਦੁਆਰਾ ਲਿਆ ਇਹਨੇ ਵਰਤਾ ਦਿੰਦੇ, ਬਸ ਇੰਨੀ ਗੱਲ ਹੋਈ ਗੁਰਦੁਆਰੇ। ਫਿਰ ਉਹ ਇਹ ਬਾਬਾ ਕਹਿੰਦਾ ਉਹ ਆਪ ਪਹੁੰਚਾ ਗਏ ਨੇ, ਬਾਅਦ 'ਚ ਮੈਂ ਨਹੀਂ ਖੜਿਆ, ਬਾਅਦ 'ਚ ਆਪ ਪਹੁੰਚਾ ਗਏ। ਵੈਸੇ ਅੱਗੇ ਹੋ ਜਾਂਦਾ ਥੋੜ੍ਹਾ ਬਹੁਤਾ ਵਰਤਾਈ ਦੀ ਆ, ਥੋੜ੍ਹੀ ਬਹੁਤ ਰਹਿੰਦੀ ਆ, ਲੇਕਿਨ ਗਾਂ ਤੋਂ ਇਹ ਵੀ ਕੋਈ ਵੀ ਬਾਹਰੋਂ ਪ੍ਰਸ਼ਾਦ ਵਧੇਗਾ ਉਹ ਉੱਥੇ ਨਹੀਂ ਜਾਏਗਾ ਆਪਣੇ ਉੱਥੇ। ਅੱਜ ਬਟਾਲੇ ਵਿੱਚ
ਗੁਰਦੁਆਰਾ ਗੁਰੂ ਨਾਨਕ ਨਗਰ ਦੇ ਵਿੱਚ ਘਟਨਾ ਵਾਪਰੀ ਆ ਕਿ ਪ੍ਰਸ਼ਾਦ ਖਾ ਕੇ ਕੁਛ ਬੱਚੇ ਬਿਮਾਰ ਹੋ ਗਏ ਨੇ, ਹੋਸਪਿਟਲ ਦਾਖਲ ਨੇ, ਬੜੀ ਦੁਖਦਾਈ ਘਟਨਾ ਹੈ। ਉਹ ਗ੍ਰੰਥੀ ਨੂੰ ਆਪਾਂ ਰਾਊਂਡ ਅਪ ਕੀਤਾ ਅਤੇ ਉਹ ਤੋਂ ਪੁੱਛਗਿੱਛ ਜਾਰੀ ਹੈ। ਜੋ ਵੀ ਅਸਲ ਨਤੀਜੇ ਨਿਕਲਣਗੇ, ਜੋ ਤਫਤੀਸ਼ ਦੇ ਵਿੱਚ ਰੁੱਖ ਹੋਏਗਾ, ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਏਗੀ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।